ਰੋਡ ਆ ਜਿਹੜਾ ਇਹ ਚੇਂਜ ਕਰਾ ਦੇਣਾ ਹਾਈਵੇ ਵਾਲੇ, ਪਹਿਲੇ ਇੱਥੇ ਕੈਂਕਰਾ ਪਾਇਆ ਦਾ ਰੋਡ, ਸਭ ਕੁਝ ਲੁੱਕ ਪਾਉਣੇ ਤਿਆਰੀ ਹੈ, ਪਰ ਹੁਣ ਇਹ ਰੋਡ 100 ਫੁੱਟ 200 ਫੁੱਟ ਇਹ ਥੱਲੇ ਕਰਾ ਦੇਣ। ਇਹ ਕਿਹੜੀ ਵਜ੍ਹਾ ਹੈ? ਇਹ ਪਲਾਟ ਲੈ ਦਾ ਕੋਈ ਇਹਦਾ ਕੋਈ ਵੱਡਾ ਅਫਸਰ ਹੈ, ਇਹਦਾ ਕੋਈ ਵੱਡਾ ਅਫਸਰ ਹੈ, ਉਹਨੇ ਪਲਾਟ ਲੈ ਦਾ ਅੱਗੇ ਲੈ ਦਾ ਕੋਈ ਇਹਦਾ ਕੋਈ ਵੱਡਾ ਅਫਸਰ ਹੈ, ਉਹਨੇ ਪਲਾਟ ਲੈ ਦਾ ਅੱਗੇ, ਉਹਨੇ ਪਲਾਟ ਲੈ ਦਾ ਅੱਗੇ, ਉਹਦੇ ਕਾਰਨ ਪਲਾਟ ਵਜਾਣੇ ਕਾਰਨ ਇਹ ਰੋਡ ਚੇਂਜ ਕਰਾ ਦੇਣ। ਪ੍ਰਦਰਸ਼ਨ ਕਰਾ ਦੇ ਕੀ ਕੀ ਗੱਲ ਅੱਜ? ਅੱਜ ਤੁਸੀਂ ਪ੍ਰੋਟੈਸਟ ਕਰ ਰਹੇ, ਕੀ ਗੱਲ ਹੈ? ਇਹ ਜਿਹੜਾ ਰੋਡ ਹੈ, ਇਹ ਜਗ੍ਹਾ ਹੈ, ਇਸ ਨਾਲ ਜਨਾਬ ਸਾਡੀ ਬਾਈਕ ਨਾਲ ਇਹਦੇ ਹਿੱਸੇਦਾਰ ਨੇ ਚਾਰ, ਲੇਕਿਨ ਇਹਨੇ ਸਰਵੇ ਚਾਰ ਉਹ ਚੁੱਕੇ ਨੇ ਝੂਠ ਚੱਕ ਲਈ ਸਤਾਰਾਂ ਕੋਲ ਲਈ। ਇਸ ਵਾਸਤੇ ਇਹਨੇ ਕੱਲਾ ਦਾ ਪਰਸੋਂ ਇਹਨੇ ਜਗ੍ਹਾ ਬਾਉਂਡਰੀ ਬਦਲਾਈ ਹੈ, ਦੂਜੀ ਜਗ੍ਹਾ ਕਰਾਈ ਹੈ ਇਹਦੇ ਨਾਲ, ਹੁਣ ਇਹਨੇ ਦੁਬਾਰਾ ਪਹਿਲੇ ਸਰਵੇ ਪਰ ਗਏ ਸੀ 17 ਚਾਰ। ਇਸ ਵਾਸਤੇ ਇਹ ਰੋਡ ਆ ਜਿਹੜਾ ਇਹ ਚੇਂਜ ਕਰਾ ਦੇਣਾ ਹਾਈਵੇ ਵਾਲੇ, ਪਹਿਲੇ ਇੱਥੇ ਕੈਂਕਰਾ ਪਾਇਆ ਦਾ ਰੋਡ, ਸਭ ਕੁਝ ਲੁੱਕ ਪਾਉਣੇ ਤਿਆਰੀ ਹੈ, ਪਰ ਹੁਣ ਇਹ ਰੋਡ 100 ਫੁੱਟ 200 ਫੁੱਟ ਇਹ ਥੱਲੇ ਕਰਾ ਦੇਣ। ਇਹ ਕਿਹੜੀ ਵਜ੍ਹਾ ਹੈ? ਇਹ ਪਲਾਟ ਲੈ ਦਾ ਕੋਈ ਇਹਦਾ ਕੋਈ ਵੱਡਾ ਅਫਸਰ ਹੈ, ਉਹਨੇ ਪਲਾਟ ਲੈ ਦਾ ਅੱਗੇ, ਉਹਦੇ ਕਾਰਨ ਪਲਾਟ ਵਜਾਣੇ ਕਾਰਨ ਇਹ ਰੋਡ ਚੇਂਜ ਕਰਾ ਦੇਣ। ਇਹ ਜੇ ਇੱਥੋਂ ਹੋ ਕੇ ਸਾਰਾ ਰੋਡ ਪੂਰਾ ਚੇਂਜ ਕਰਨਾ ਪਊਗਾ, ਇੱਥੋਂ ਲਈਏ ਥੱਲੇ ਤੱਕ ਡੇ ਨੇ, ਜੇ ਇੱਥੋਂ ਨਹੀਂ ਕੀਤਾ ਤਾਂ ਫਿਰ ਕੁਦੇ ਵੀ ਨਹੀਂ ਹੋਊਗਾ, ਨਹੀਂ ਤਾਂ ਇਹ ਇੱਥੋਂ ਚੇਂਜ ਕਰਨੇ ਫਿਰ ਪੂਰਾ ਕਰਨਾ ਪਊਗਾ, ਨਹੀਂ ਤਾਂ ਇਹ ਲੁੱਕ ਪਏ ਦੀ ਰੋਡ ਕੈਂਕਰਾ ਪਏ ਦਾ, ਪਰ ਸਭ ਕੋਈ ਪੁਲੀ ਬਣੀ ਦੀ ਦੋਨੇ ਸਾਈਡੇ, ਹੁਣ ਇਹ ਰੋਡ ਕੋਈ 200 ਫੁੱਟ ਦੇ ਥੱਲੇ ਕਰਾ ਦੇ। ਇਹ ਵਜ੍ਹਾ ਕੀ ਹੋਣੀ ਚਾਹੀਦੀ, ਕੀ ਕਾਰਨ ਹੈ? ਪਹਿਲਾਂ ਸਰਵੇ ਵੀ ਹੋਈ ਦਾ, ਸਰਵੇ ਹੋਏ ਦਾ ਵਜ੍ਹਾ ਇਹ ਹੈ, ਇੱਥੇ ਕੋਈ ਇਹਦਾ ਅਫਸਰ ਹੈ ਕੋਈ, ਉਹਨੇ ਪਲਾਟ ਲੈ ਦਾ ਅੱਗੇ, ਉਹਦੀ ਵਜ੍ਹਾ ਕਰਨੇ ਜਿਹੜਾ ਇਹ ਕੁਛ ਲੋਕਾਂ ਮਕਾਨ ਵੀ ਟੁੱਟੇ ਨਾ, ਉਹਦੇ ਮਕਾਨ ਟੁੱਟੇ ਵੀ ਮਿਲਿਆ। ਹਾਂ ਮਿਲੇ ਦਾ, ਤਾਂ ਫਿਰ ਚੇਂਜ ਕਰਨ ਦੀ ਕੀ ਜ਼ਰੂਰਤ ਆਈ ਪਈ? ਮਕਾਨ ਟੁੱਟੇ ਚੇਂਜ ਹੀ ਹੈ, ਕੋਈ ਅਫਸਰ ਹੈ ਇਹਦਾ ਵੱਡਾ, ਉਹ ਆਪੂ ਦੱਸਣ ਕੁਨੇ ਲੈ ਦਾ ਪਲਾਟ, ਕੁਨੇ ਨਹੀਂ ਅੱਗੇ ਪਲਾਟ ਕੋਈ ਲੈ ਦਾ, ਉਹਦੇ ਕਾਰਨ ਇਹਨੇ ਜਿਹੜੇ ਚੇਂਜ ਕਰਾ ਦੇਣੇ ਰੋਡ। ਤੁਸੀਂ ਕੀ ਚਾਹੁੰਦੇ ਹੋ, ਤੁਹਾਡੀ ਡਿਮਾਂਡ ਕੀ ਨੇ? ਸਾਡੀ ਇਹ ਰੋਡ ਆਉਣਾ ਚਾਹੀਦਾ ਜਿੱਥੇ ਪੇਦਾ, ਇਹ ਤਾਂ ਦੋ ਦੋ ਵਾਰੀ ਲੋਕਾਂ ਦੇ ਇੱਥੇ 10-10 ਸਾਲ ਹੋਈਏ ਲੋਕੇ ਜਗ੍ਹਾ ਰਾਏ ਬਾਏ ਕੀਤੀ, ਤਾਂ ਹੁਣ ਇਹ ਚੁੱਕੀ ਹੈ ਦੂਜੀ ਜਗ੍ਹਾ ਪੁੱਟਿਆ ਦੇਣ। ਇਹ ਰੋਡ ਇਹ ਆਉਣਾ ਚਾਹੀਦਾ ਜੋ ਇਹਨੇ ਤਿਆਰ ਕੀਤੇ ਦਾ। ਜੋ ਇਹ ਰੋਡ ਬਣਿਆ ਹੈ, ਤੁਹਾਨੂੰ ਕੀ ਆਸ਼ਵਾਸਨ ਦਿੱਤਾ ਹੈ? ਅਸੀਂ ਪਹਿਲਾਂ ਤਾਂ ਮੈਂ ਮੀਡੀਆ ਵਾਲਿਆਂ ਦਾ ਸ਼ੁਕਰੀਆ ਅਦਾ ਕਰੂੰ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜਿਹੜਾ ਸਾਡੇ 'ਚ ਆਏ ਨਾ, ਹੋਰ ਸ਼ੁਕਰ ਹੈ। 2016 ਕੋਲਾਂ ਲਈ ਹੈ, ਇਲੇ ਤੱਕ ਪਹਿਲੀ ਵਾਰੀ ਮੀਡੀਆ ਵਾਲੇ ਸਾਡੇ ਇੱਥੇ ਰੋਡ ਬਣਾਏ, ਔਰ ਬੁਲਾਏ ਵੀ ਹੈ ਨਾ, ਅਸੀਂ ਤਕਲੀਫ ਵੀ ਹੈ ਅਸੀਂ 2016 ਕੋਲਾਂ ਲਈ ਹੈ। ਇਹ ਸਾਡੇ ਖੇਤਰ ਨੇ, ਸਾਡੇ ਖੇਤੀਬਾੜੀ ਕੋਈ ਕਰਨ ਦੀ ਕੋਈ ਹੋਰ ਸਹੂਲਤ ਨਹੀਂ ਹੈ ਸਾਡੇ, ਨਾ ਇਹ ਪੂਰੇ ਮੁਹੱਲੇ 'ਚ ਕੋਈ ਮੁਲਾਜ਼ਮ ਹੈ, ਸਰਵਿਸਮੈਨ ਹੈ, ਕੋਈ ਕਿਸ਼ ਨਹੀਂ ਹੈ, ਸਾਰੇ ਜ਼ਿਮੀਦਾਰ ਲੋਕ ਹਾਂ, ਔਰ ਦਿਹਾੜੀ ਮਜ਼ਦੂਰ ਵੀ ਕਰਨੇ ਹਾਂ ਅਸ ਲੋਕ। ਔਰ ਇਹਨੇ ਪਹਿਲਾਂ ਸਰਵੇ ਇੱਥੇ ਕੋਈ 4 ਵਾਰੀ ਕੀਤੇ ਨੇ, 2016 ਕੋਲਾਂ ਲਈਆ ਹੁਣੇ ਤੱਕ ਇਹਨੇ ਸਾਡੇ ਖੇਤਰ ਵੀ ਬਰਬਾਦ ਕੀਤੇ, ਨਾ ਕਲੇਮ ਮਿਲਿਆ ਅਜੇ ਤੱਕ, ਨਾ ਕਲੇਮ ਦੇ ਮਿਲਣਾ ਕੁਦਾ ਰਿਹਾ, ਇਹਦਾ ਸਰਵਾ ਗਾ ਸਿਲੈਕਟ ਨਹੀਂ ਹੋਈ ਸਕਿਆ। 2016 ਕੋਲਾਂ ਲਈਆ ਹੁਣੇ ਤੱਕ ਇੱਕ ਵਾਰੀ ਵੀ ਇੱਕ ਸਰਵਾ ਵੀ ਸਿਲੈਕਟ ਨਹੀਂ ਹੋਈ ਸਕਿਆ। ਫਿਰ ਇਹਨੇ ਇਹ ਜਿਹੜਾ ਪੁਲੀ ਬਣਾਈ, ਇਹ ਕਲਵਟ ਬਣਾਈ, ਉਹ ਪੁਲ ਬਣਾਇਆ, ਅੱਗੇ ਵੀ ਪੁਲ ਬਣੇ ਦਾ, ਇਹਨੇ ਕੈਂਕਰਾ ਹੀ ਪਾੜਿਆ, ਲੁੱਕ ਪਾਉਣ 'ਚ ਤਿਆਰੀਆਂ 'ਚ।
ਇੱਥੇ ਲੁੱਕ ਪਾਉਣੇ ਤਿਆਰੀਆਂ ਦੀ ਕੈਂਕਰਾ ਤਾਂ ਪਿਆ। ਹੁਣ ਇਹਨੇ ਕੀ ਕੀਤਾ ਕਿ ਕੱਲ੍ਹ ਪਰਸੋਂ ਦੀ ਇਹ ਕੱਲ੍ਹ ਪਰਸੋਂ ਆਏ ਸੀ ਇੱਥੇ, ਇਹਨੇ ਕੱਲ੍ਹ ਪਰਸੋਂ ਇਸ ਪੁਲੀ ਕੋਲਾਂ ਲਈ ਹੈ ਬਿਲਕੁਲ। ਹਾਲ ਕਿ ਅਸੀਂ ਸੁਣਨੇ ਹਾਂ ਕਈ ਬੰਦੇ ਕੋਲਾਂ ਭਾਈ ਇਹ 4 ਲੈਨ ਗੀ ਜਾਂ ਨੈਸ਼ਨਲ ਹਾਈਵੇ ਵਾਲੇ ਗੀ ਇਹਨੇ ਕੀ ਜਗਦਮ ਮੋੜ ਨਹੀਂ ਦਿੰਦੇ ਨੇ ਗੀ, ਮਗਰ ਇਹ ਬਿਲਕੁਲ ਇਹਨੇ ਪੂਰਾ ਬਾਹਰ ਲਈ ਹੈ ਰੋਡ, ਜਿਹੜਾ ਅੰਦਰ ਸਾਰਾ ਛੱਡੀ ਅਸੀਂ ਨਹੀਂ ਪਤਾ ਕਿਸ ਨੇ ਖਰੀਦੀ ਦੀ ਹੈ ਜਾਂ ਨਹੀਂ, ਕੋਈ ਵਿੱਚ ਕਿਸੀ ਜੇ ਜਿਹਾ ਲੱਗਦਾ ਤਾਂ ਅਸੀਂ ਰੋਡ ਕੀ ਫਰਕਾਇਆ ਇਹਨੇ ਇੱਧਰ ਬਾਹਰ ਕੀਤਾ ਇਹਨੇ, ਇਹ ਫਰਕਾਈ ਹੈ ਪਰਤੀ ਉੱਥੇ ਅੰਦਰ ਲਈ ਹੈ। ਇੱਥੇ ਕੋਠੀਆਂ ਵੀ ਇੱਕ ਦੂਜੇ ਦੇ ਮਕਾਨ ਵੀ ਟੁੱਟੇ, ਵਿੱਚ ਜ਼ਮੀਨਾਂ ਖੇਤਰ ਵੀ ਗਏ, ਜਿਹੜੀ ਸਾਡੀ ਫਾਲਤੂ ਜ਼ਮੀਨ ਕਟੋਈ, ਫਾਲਤੂ ਬੂਟੇ ਵੀ ਪਟੋਏ। ਸਾਡਾ ਕੰਢੀ ਬੈਲਟ ਹੈ, ਪਾਣੀ ਦੀ ਬੜੀ ਕਿੱਲਤ ਹੈ, ਬਹੁਤ ਜ਼ਬਰਦਸਤ, ਅਸੀਂ ਪਾਣੀ ਮੁੱਲੇ ਲੈਣਾ ਪਾਉਂਦਾ, ਦੂਰੋਂ ਦੂਰਾ ਢੋਈ ਆਣਨੇ ਆ, ਬੜੀ ਮੁਸ਼ਕਲ ਬੂਟੇ ਲਾਏ ਇਹਨੇ, ਬੂਟੇ ਵੀ ਤਰੇ ਤਰੇ ਚਾਰ ਚਾਰ ਵਾਰੀ ਬੜਾਏ, ਜ਼ਮੀਨ ਵੀ ਫਾਲਤੂ ਵੱਢੀ, ਉਹਨੇ ਕਲਵਟ ਬਣਾਈ ਬੈਠੇ ਦੇ ਅੰਦਰ, ਇਹ ਪਤਾ ਨਹੀਂ ਕਿੰਨੇ ਡਰੈਂਗ ਹਿੰਦੀ ਕਿੰਨੇ ਨਹੀਂ, ਇਹ ਕਲਵਟ ਅੰਦਰ ਬਣਾਉਣ ਦੀ ਵਜ੍ਹਾ ਕਾਰਨ ਇਹਨੇ ਇਹ ਨਹੀਂ ਛੋੜੀ ਸਕਿਆ ਦੇ, ਮਗਰ ਇਹ ਰੋਡ ਜਿਹੜਾ ਆ ਇਹ ਸਾਰਾ ਸਾਰਾ ਇੱਥੋਂ ਬਾਹਰ ਲਈ ਹੈ। ਔਰ ਇਹ ਐਲ ਜੀ ਸਾਹਿਬ ਅੱਗੇ ਅਸੀਂ ਵੀ ਗੁਹਾਰ ਲਾ ਕੇ ਭਈ ਜਨਾਬ ਆਪਣੀ ਟੀਮ ਭੇਜਣ ਜਾਂ ਕੋਈ ਕਿੰਨੀਆਂ ਵੀ ਕਰਗਣ, ਮਗਰ ਇਹ ਹੈ ਕਿ ਇਹ ਜਿਹੜਾ ਇਹ ਸਾਡਾ ਇੰਨਾ ਨੁਕਸਾਨ ਕੀਤਾ ਗਿਆ, ਸਾਡਾ ਇੰਨਾ ਅਸੀਂ 2016 ਕੋਲਾਂ ਲਈ ਹੈ ਹੁਣੇ ਤੱਕ ਅਸੀਂ ਕੀ ਇੰਨਾ ਟਾਰਚਰ ਕੀਤਾ ਇਹਨੇ, ਅਤੇ ਇਹ ਹੁਣ ਸਾਡੇ ਕੋਲ ਦੇ ਹੋਰ ਕੋਈ ਚਾਰਾ ਨਹੀਂ ਹੈ, ਅਸੀਂ ਤਾਂ ਐਡਮਿਸ਼ਨ ਕੋਲ ਜਾਣਾ ਹੈ, ਜਾਈਏ ਕੋਈ ਐਪਲੀਕੇਸ਼ਨ ਦੇ ਕੇ ਜਾਂ ਕੁਛ ਵੀ ਕਰਕੇ, ਅਗਰ ਉਹ ਵੀ ਸੁਣਗਣ ਤਾਂ ਠੀਕ ਹੈ, ਨਹੀਂ ਸੁਣਗਣ ਅਤੇ ਅਸੀਂ ਨੈਸ਼ਨਲ ਹਾਈਵੇ ਥੱਲਿਆ ਬੰਦ ਕਰਨਾ ਅਖਨੂਰ ਰੋਡ 3-4 ਪੰਜਾਈ ਤਨ। ਔਰ ਇਸ ਰੋਡ ਪਰ ਕਾਫੀ ਲੋਕ ਪਰੇਸ਼ਾਨ, ਕਾਫੀ ਜ਼ਿਆਦਾ, ਕਈ ਲੋਕਾਂ ਦੀ ਅਜੇ ਤੱਕ ਕਲੇਮ ਨਹੀਂ ਮਿਲੇਗਾ, ਕਈ ਲੋਕਾਂ ਦੀਆਂ ਕੋਠੀਆਂ ਡਿੱਗੀ ਦੀਆਂ, ਕਈ ਲੋਕਾਂ ਦੀਆਂ ਬਿਲਕੁਲ ਕੋਠੀਆਂ ਕਿਨਾਰੇ ਦੇ ਉੱਪਰ, ਉਹਦਾ ਕਲੇਮ ਨਹੀਂ ਹੋਇਆ ਅਜੇ ਤੱਕ, ਔਰ ਨਹੀਂ ਲੋਕਾਂ ਦੀ ਜ਼ਮੀਨਾਂ ਥੋਈ ਦੀਆਂ, ਕੁਛ ਲੋਕ ਐਸੇ ਨੇ ਜਿੰਨੀ ਪੂਰੀ ਪੂਰੀ ਜ਼ਮੀਨ ਰੋਡ 'ਚ ਆਈ ਦੀ, ਉਹ ਲੋਕਾਂ ਦੀਆਂ ਕੋਠੀਆਂ ਪੁੱਟੀ ਉੱਡੀ ਦੀਆਂ, ਮਗਰ ਉਹ ਲੋਕ ਕੁੱਲੀਆਂ 'ਚ ਰਵੇ ਦੇ ਨੇ, ਇੰਨੀ ਸਰਦੀ ਪਵੇ ਦੀ ਆ, ਇੰਨੀ ਠੰਡ ਹੋਈ, ਉਹ ਲੋਕ ਕਿੰਨੀਆਂ ਰਵੇ ਦੇ ਉਗਣ। ਅਸੀਂ ਖੁਸ਼ ਹਾਂ ਇਸ ਚੀਜ਼ ਕੀ, ਅਸੀਂ ਵੀ ਖੁਸ਼ ਹੋਏ ਬਈ ਰੋਡ ਬਣਿਆ, ਚਲੋ ਠੀਕ ਹੈ, ਅਸੀਂ ਸਹੂਲਤ ਪੈਦਾ ਹੋਈ, ਮਗਰ ਇਹ ਅਸੀਂ ਇਹ ਨਹੀਂ ਪਤਾ ਹਾਂ ਬਈ ਸਾਡੇ ਕੰਨੇ ਇੰਨੀ ਵੱਡੀ ਮੁਸੀਬਤ ਬਣੀ ਜਾਣੀ, ਅਸੀਂ ਇਹਨੇ ਮਤਲਬ ਬਿਲਕੁਲ ਬਰਬਾਦ ਕਰੀ ਛੋੜੀ ਉਹਨਾਂ। ਸਰ ਇਹ ਜਿਸ ਵਾਸਤੇ ਰੋਡ ਫਰਕਾਇਆ ਹੈ, ਕੋਈ ਅਫਸਰ ਹੈ ਜਾਂ ਕੋਈ ਕੁਛ ਵੀ ਹੋਊ, ਅਸੀਂ ਨਹੀਂ ਇਹ ਚੀਜ਼ ਦਾ ਪਤਾ ਭਾਈ ਉਹ ਕੌਣ ਅਫਸਰ ਹੈ, ਮਗਰ ਇਹ ਰੋਡ ਫਰਕਾਇਆ ਕਿਉਂ, ਇਹਨੇ ਬਣਾਇਆ ਦਾ ਰੋਡ ਫਰਕਾਈ ਰਿਹਾ, ਇਹ ਤਾਂ ਯਾਨੀ ਕਿ ਲੁੱਕ ਗਿਆ ਪਾਣਾ ਬਗਾਇਆ ਰਹੀਦੀ ਹੈ, ਬਾਕੀ ਰੋਡ ਪੂਰਾ ਤਿਆਰ ਹੈ। ਇਹਨੇ ਕੀ ਅਜੇ ਤੱਕ ਅਸੀਂ ਕੀ ਇਹ ਸੈਟਿਸਫਾਈ ਨਹੀਂ ਕਰੀ ਸਕੇ ਹਨ ਭਾਈ ਇਹ ਰੋਡ ਫਰਕਾਇਆ ਕਿਉਂ ਹੈ ਇੱਧਰ, ਅਸੀਂ ਕੀ ਸੁਣਨਾ ਹੀ ਆ ਪਤਾ ਆ ਕੋਈ ਅਫਸਰਾਂ ਨੇ ਕੋਈ ਜਗ੍ਹਾ ਲੈਤੀ ਦੀ ਹੈ, ਉਸ ਵਜ੍ਹਾ ਕਾਰਨ ਇਹ ਰੋਡ ਜਿਹੜਾ ਇੱਕ ਸਾਈਡ, ਮਗਰ ਪਹਿਲੇ ਤੁਹਾਨੂੰ ਦੱਸਿਆ ਕੁਛ ਹੀ ਕਰਾ ਰਹੇ ਕੁਛ, ਪਹਿਲਾਂ ਕਿਸੇ ਨੇ ਹੋਰ ਦੱਸਿਆ ਕਿ ਇਹਨੇ ਪੂਰਾ ਸਾਬਤ ਕਰੀ ਰਿਹਾ ਰੋਡ ਬਣਾਈ ਰਿਹਾ, ਰੋਡ ਬਣਾਉਣ ਤੋਂ ਬਾਅਦ ਵਿੱਚ ਇਹਨੇ ਰੋਡ ਪਰਤੀ ਬਾਹਰ ਕੱਢੀ ਰਿਹਾ। ਫਿਰ ਹੁਣ ਅਸੀਂ ਕੀ ਇੱਕ ਦੂਜੇ ਕੋਲ ਅਗਰ ਸੁਣਿਆ ਨਹੀਂ, ਅਸੀਂ ਕੋਈ 50 ਬੰਦੇ ਲੋਕ ਗੱਲਾਂ ਕਰਦੇ ਭਾਈ ਇਹ ਅਫਸਰ ਦਾ ਪਲਾਟ ਹੈ ਇੱਥੇ, ਇਹਨੇ ਇਸ ਵਾਸਤੇ ਰੋਡ ਇਹ ਬਾਹਰ ਕੱਢਿਆ। ਹੁਣ ਕੀ ਡਿਮਾਂਡ ਕਰਦੇ ਤੁਸੀਂ? ਡਿਮਾਂਡ ਇਹ ਹੈ ਕਿ ਸਰ ਅਸੀਂ ਆਹ ਸੁਣਦੇ ਹਾਂ ਵੀ ਮੋਦੀ ਸਾਹਿਬ ਨੇ ਬੜੇ ਨੈਸ਼ਨਲ ਹਾਈਵੇ ਬਣਾਏ, ਬੜੇ ਅੱਛੇ ਰੋਡ ਬਣਾਏ, ਔਰ ਇਹ ਸਾਡੇ ਵਾਸਤੇ ਤਾਂ ਅੱਛੇ ਦੇ ਹੁਣ ਤੁਸੀਂ ਸਾਹਮਣੇ ਲੱਭਾ ਦਾ ਆ, ਅਗਰ ਅੱਛੇ ਹੁੰਦਾ ਅੱਛਾ ਹੁੰਦਾ ਤਾਂ ਅਸੀਂ ਜਨਾਬ ਹੋਰੀ ਨਹੀਂ ਬੁਲਾਉਂਦੇ ਅਤੇ ਜਾਂ ਇਹ ਇੰਨੀ ਮੁਸੀਬਤ ਵੀ ਨਹੀਂ ਬਣਦੀ। ਔਰ ਇਹ ਅਸੀਂ ਕੀ ਜਿਵੇਂ ਵੀ ਹੈ ਇਹ ਸਾਡਾ ਕੋਈ ਮਸਲਾ ਹੱਲ ਕੀਤਾ ਜਾ, ਨਹੀਂ ਤਾਂ ਅਸੀਂ ਫਿਰ ਮਜਬੂਰ ਹੋਈ ਜਾਣਾ, ਅਸੀਂ ਕੋਈ ਰੋਡ ਬੰਦ ਕਰਨਾ, ਰੋਡ ਬਲਾਕ ਕਰਨਾ। ਇੰਨੀਆਂ ਵੀ ਮਰੇ ਦੇ ਹਾਂ ਅਤੇ ਇੰਨੀਆਂ ਵੀ ਰੋਡ 'ਚ ਗਏ, ਜ਼ਮੀਨ 'ਤੇ ਰਹੀ ਨਹੀਂ, ਉਹਦੇ ਨੇ 2016 ਕੋਲਾਂ ਲਈ ਹੈ ਹੁਣੇ ਤੱਕ ਇੱਕ ਰੁਪਿਆ ਤੱਕ ਨਹੀਂ ਦਿੱਤੇ ਦਾ, ਇਹਦਾ ਸਰਵਾ ਸਲੈਕਟ ਨਹੀਂ ਹੋ ਸਕਿਆ। ਤੁਸੀਂ ਐਡਮਿਨਿਸਟ੍ਰੇਸ਼ਨ ਕੋਲੋਂ ਕੀ ਮੰਗ ਰੱਖਦੇ ਹੋ? ਅਸੀਂ ਇਹੀ ਕਿ ਮੰਗ ਇਹ ਰੱਖਣੀ ਕਿ ਇਹ ਰੋਡ ਜਿਹੜਾ ਹੈ ਜਾਂ ਤਾਂ ਅਸੀਂ ਦੱਸਿਆ ਜਾ ਭਾਈ ਇਹ ਇਸ ਵਾਸਤੇ ਫਰਕਾ ਦੇ ਹਾਂ, ਅਗਰ ਰੋਡ ਸਹੀ ਆ ਅਸੀਂ ਇੱਥੇ ਗਏ ਸਲੈਕਟ, ਅਸ ਅਸਹਿਮਤ ਹੈ ਭਾਈ ਚੱਲ ਠੀਕ ਹੈ ਬਣਾ ਦੇ, ਚਲੋ ਠੀਕ ਹੈ ਬਣਾਉਣ, ਮਗਰ ਇਹ ਫਰਕਾਇਆ ਕੀ ਹੈ, ਇਹ ਬਾਹਰ ਕੀ ਕੱਢਿਆ ਹੈ,
ਔਰ ਜਗਦਮ ਇਹ ਮਤਲਬ ਜਗ੍ਹਾ ਸਾਰੀ ਪਲੇਨ ਹੈ, ਇਹ ਮੋੜ ਕਿਉਂ ਦਿੱਤਾ ਇਹਨੇ, ਬਾਹਰ ਕਿਉਂ ਕੱਢਿਆ ਇਹ?